वाहगुरु जी का खालसा वाहगुरु जी की फतेह। मेरे वीरों मैं एक दो गल्लां साझियां करनियां चाहुंदा। मैं एक वीडियो वेख रहा सीगा सरदार हरजिंदर सिंह धामी जी की, उन्होंने कहा कि जिहड़े बंदे कोई एलीगेशन लाउणा चाहुंदे आ जां कोई गल करनी चाहुंदे आ ते उह एस जी पी सी नूं ना कहण, उह हरजिंदर सिंह धामी का नां लैके कहण। वैसे तो मैं हमेशा हरजिंदर सिंह धामी जी का ही ना लैके कहना, क्योंकि एस जी पी एस सी जी हरजिंदर सिंह धामी की नहीं, वह साडी सारिया की, वह कल हरजिंदर सिंह धामी की नहीं, ये पार्ट टाइम भी प्राइम प्रधान ने, कोई पता नहीं इन्होंने कल लै जाना परसों लै जाना, तो इन्हें ये लगते हैं एस जी पी सी के। मैं दूजी गल धामी साहब सुनो ये गल करनी चाहना कि तुम एक झूठा जहा इतराज जताते जे, वैसे तुम प्रधान हो तुम तो बड़ा सख्त स्टैप चुकना चाहता, ये थोड़ा कि एक आपके मीडिया वाले कहता कि अखबार च यार मेरे लोग बयान दे छी तो बयान देता। श्री हजूर साहब विखे जिहड़ा एक प्रबंधक लाया गया गैर सिख, वो ताडा एक चैनल आते चल रहा सीगा कि धामी साहब ने बड़ा रोस जाहिर किया जी इस गल का, बिल्कुल जायज आ, असीं भी इस गल का रोस जाहिर करते हैं कि नहीं बई गैर सिख साडियां संस्थावां दे विच उन्हां दी दखलंदाजी नहीं होनी चाहिए। मैं भी इस गल नाल सहमत हाँ, पर मैनूं एक गल दस्सिओ, ਤੁਹਾਡੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਹਿਤ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਵੱਲਾ ਚੱਲ ਰਿਹਾ, ਉੱਥੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਅਨੁਪਮ ਮਹਾਜਨ ਜੀ ਨੂੰ ਲਾਇਆ ਗਿਆ। ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ, ਮੈਂ ਤਾਂ ਵੈਸੇ ਗੱਲ ਕਰ ਰਿਹਾ ਕਿਉਂਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਮੇਰੇ ਲਈ ਸਿੱਖ ਵੀ ਉਹੋ ਜਿਹਾ, ਮੁਸਲਿਮ ਵੀ ਉਹੋ ਜਿਹਾ, ਹਿੰਦੂ, ਸਹੀ, ਮੈਂ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਬੰਦਾ, मैं तो इन्होंने गलों च नहीं पैंदा। मैं तुहानू यह गल कहना वा कि जे तुसी उस गल का इतराज कर दे तुहाडा तो जायज आ, तो फिर यह जायज आ। इत्थे कोई सिख जिहड़ा तुहानू कदे भी नहीं लभदा, कोई सिख बंदा ला दईए, फिर आपां गुरु रामदास हॉस्पिटल दे विच, गुरु रामदास कॉलेज दे विच प्रिंसीपल, तुसी आपदे भी पीढ़ी थले सोटी मारो माड़ी जी, लोगों नूं ते कहिंदे हो। यह शुरुआत इन्होंने कामों दियां तुहाडे तों होईआं, धामी साहब आ दो सालों के विच विच ही होईआं, इहनूं पहलां नहीं हैगीआं इह गल्लां, क्योंकि तुसी नेरी लिया के रखती। दूजी गल, ऐतवार वाले दिन एन आई ए की टीम श्री हरिमंदर साहब विखे मत्था टेकन आई, चलो हरेक ने आना बिल्कुल चंगी गल आ, असी जो उत्थे किते मत्था टेकन जाने ना असी भी लाइन च लगते हैं, भावें डेढ़ घंटा लगे भावें दो घंटे लगे। उन्होंने इस गल का रोस जाहिर किया कि जी साडा वधिया तरीके नाल मत्था नहीं टिकाया, की सिस्टम होया कि वधिया तरीके नाल मत्था नहीं टिकाया गया। ਤੁਸੀਂ ਉਹਨਾਂ ਦੇ ਕਹਿਣ ਤੇ ਭੰਡਾਰ ਸਾਹਿਬ ਨੇ ਸ਼ਾਇਦ ਮੈਨੇਜਰ ਸਾਹਿਬ ਨੂੰ ਫੋਨ ਕੀਤਾ, ਜਿਹੜੇ ਸਾਡੇ ਇੱਥੇ ਡੀ ਸੀ ਪੀ ਨੇ, ਤੁਸੀਂ ਦੋ ਬੰਦਿਆਂ ਦੀਆਂ ਬਦਲੀਆਂ ਕਰਤੀਆਂ, ਕੀ ਗੱਲ? ਉਹ ਸੰਗਤ ਦੇ ਵਿੱਚ ਦੀ ਜਾ ਕੇ ਮੱਥਾ ਨਹੀਂ ਟੇਕ ਸਕਦੇ, ਉਹ ਵੀ ਤਾਂ ਸੰਗਤ ਦੇ ਰੂਪ 'ਚ ਹੀ ਆਏ ਨਾ ਸ਼੍ਰੀ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਤਾਂ ਕੋਈ ਐਨ ਆਈ ਏ ਨਹੀਂ, ਕੋਈ ਡੀ ਸੀ ਪੀ ਨਹੀਂ, ਕੋਈ ਕੁਛ ਨਹੀਂ, ਉੱਥੇ ਤਾਂ ਸੰਗਤ ਹੋ ਗਈ ਜਿਹੜੀ, ਜਿਹੜਾ ਜਿਹਨੇ ਉੱਥੋਂ ਦਰਸ਼ਨ ਡਿਊਟੀ ਤੋਂ ਥੱਲੇ ਪੈਰ ਪਾ ਲਿਆ ਉਹ ਸੰਗਤ ਦਾ ਰੂਪ ਆ, ਉੱਥੇ ਕੋਈ ਅਫਸਰਸ਼ਾਹੀ ਨਹੀਂ, ਸਭ ਕੁਛ ਇੱਕ ਹੈ, ਉੱਥੇ ਗੁਰੂ ਘਰ ਸਭ ਕੁਛ ਇੱਕ ਆ। ਤੁਸੀਂ ਉਹਨਾਂ ਦੇ ਕਹਿਣ 'ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਬਦਲੀਆਂ ਕਰਤੀਆਂ। ਔਰ ਅੱਜ ਮੈਨੂੰ ਸਵੇਰੇ ਇੱਕ ਮੈਂਬਰ ਸਾਹਿਬ ਦਾ ਫੋਨ ਆਇਆ, ਸਾਡੇ ਐਸ ਜੀ ਪੀ ਸੀ ਦੇ ਮੈਂਬਰ ਨੇ ਸਾਡੇ ਅੰਮ੍ਰਿਤਸਰ ਤੋਂ ਹੀ, ਉਹਨਾਂ ਨੇ ਕਿਸੇ ਗੱਲ ਤੋਂ ਬੜਾ ਰੋਸ ਪ੍ਰਗਟ ਕੀਤਾ ਤੁਹਾਡੇ ਪ੍ਰਤੀ, ਦੱਸ ਦੂੰਗਾ ਮੈਂ। ਔਰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤੀ ਕਿ ਤਲਵੀਰ ਸਿਆਂ ਐਤਕੀ ਹਰਜਿੰਦਰ ਸਿੰਘ ਧਾਮੀ ਨੂੰ ਮੈਂਬਰ ਨਹੀਂ ਮੈਨੇਜਰ ਵੋਟਾਂ ਪਾਉਣਗੇ, ਕਹਿੰਦਾ ਬੇੜਾ ਪਾ ਕੇ ਰੱਖਤਾ ਇਹਨਾਂ ਨੇ, ਪਤਾ ਹੀ ਕੋਈ ਨਹੀਂ ਲੱਗਣ ਦਿਆ, ਬੰਨ ਕੀ ਦਿਆ। ਔਰ ਆਂਦਾ ਏਡੀ ਸ਼ਰਮ ਵਾਲੀ ਗੱਲ ਆ ਕਿ ਜਿੱਥੇ ਚਹਿਲ ਪਹਿਲ ਜਿਹੜੇ ਦਫ਼ਤਰਾਂ ਦੇ ਵਿੱਚ ਹੁੰਦੀ ਸੀ, ਜਿੱਥੇ ਸਾਡੇ ਮੈਂਬਰ ਸਾਹਿਬਾਨ ਜਾਂ ਸਾਰੇ ਬੰਦੇ ਆਉਂਦੇ ਸੀ, ਇਸ ਬੰਦੇ ਨੇ ਸਾਰੇ ਪਾੜ ਕੇ ਰੱਖਤੇ, ਤੇ ਅੱਜ ਐਸ ਜੀ ਪੀ ਸੀ ਦੇ ਦਫ਼ਤਰ 'ਚ ਮਾਤਮ ਛਾਇਆ ਮਾਤਮ, ਜੀ ਨਹੀਂ ਕਰਦਾ ਉੱਥੇ ਜਾਣ ਨੂੰ, ਨਾ ਕੋਈ ਜਾਂਦਾ ਹੀ ਆ, ਭਾਂ ਭਾਂ ਹੁੰਦੀ ਆ। ਆਹ ਤੁਹਾਡੀ ਦੇਣ ਜੇ ਦੋਵਾਂ ਸਾਲਾਂ ਦੀ ਪ੍ਰਧਾਨਗੀ ਦੀ। ਸੋ ਇਸ ਕਰਕੇ ਆਪਦੇ ਅੰਦਰ ਝਾਤੀ ਮਾਰੋ, ਏਡਾ ਚਤਰਾਈ ਨਾ ਚਤਰਾਈ ਜਾਓ ਕਿ ਮੈਂ ਬਹੁਤ ਚਤਰ ਆ, ਤੁਸੀਂ ਏਡੇ ਸਿਆਣੇ ਨਹੀਂ ਹੋ, ਸਿਆਣੇ ਨਹੀਂ ਜੇ ਤੁਸੀਂ, ਸਾਡੇ ਹੈ ਜ਼ਰੂਰ ਸਾਡੇ ਪਿਤਾ ਦੀ ਉਮਰ ਦੇ ਜੇ, ਅਸੀਂ ਇਸ ਗੱਲ ਕਰਕੇ ਸਤਿਕਾਰ ਕਰਦਾ, ਬਟ ਜਿਹੜੀ ਤੁਹਾਡੀ ਲੈਂਗੁਏਜ ਹੈ ਨਾ, ਇਹਨਾਂ ਨਾ ਸਾਨੂੰ ਕਰੋ ਕਿ ਸਾਨੂੰ ਕਿਤੇ ਉਸ ਲੈਂਗੁਏਜ 'ਚ ਜਵਾਬ ਦੇਣਾ ਪਵੇ। ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਆ ਕੋਈ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੁੱਟਾ ਫੇਰੋ। ਅੱਜ ਲੋਕ ਤੁਹਾਡੇ ਨਾਲ ਤਾਂ ਨਹੀਂ ਤੁਰਦੇ ਕਿ ਤੁਸੀਂ ਪਹਿਲਾਂ ਆਪ ਵੀ ਤੇ ਗੈਰ ਸਿੱਖ ਜਿਹੜੇ ਆ ਸਿੱਖ ਸੰਸਥਾਵਾਂ ਦੇ ਵਿੱਚ ਕਈ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ।
ठीक है ते आप तुम कहते हो जी उसे गैर सिख लाता मैं रोज करता जिथे उस गल का करता उस गल का भी करता पर मैं ता करता ताड़ी स्टेटमेंट वेख के वह मैनू कोई प्रॉब्लम नहीं मैं तो चुप हाँ ताड़ी स्टेटमेंट वेख के मैं रोज किया बाकी साडे लई सारे धर्म भी एक आ और रब दे बनाए सारे इंसान भी एक आ आपां इहो जिहियां वड्डियां आप थले वालियां उत्तों नहीं पईआं पर मैं तुहानूं कहूंगा कि किसी नूं माड़ा कहण तों पहलां आपदे थले झाती मारे करो बहुत बहुत धन्नवाद वाहिगुरू जी का खालसा वाहिगुरू जी की फतह।